ਜਿੰਨਾ ਗੁੱਸਾ ਕਰਦੀ ਹੈ ਤੇਰੀ ਨਾਰ ਵੇ, ਉਹਨੂੰ ਉਹ ਤੋਂ ਵੱਧ ਕੇ ਤੇਰੇ ਨਾਲ ਪਿਆਰ ਵੇ। ਅਸੀਂ ਸਾਰੇ ਹੀ ਨਿੱਕ ਦੁਆਰਾ ਗਾਏ ਗਏ ਇਸ ਗੀਤ ਨੂੰ ਸੁਣ ਰਹੇ ਹਾਂ ਤੇ ਇੰਜੋਏ ਵੀ ਕਰ ਰਹੇ ਹਾਂ, ਪਰ ਕਹਿੰਦੇ ਨੇ ਨਾ ਕਿ ਹਰ ਇੱਕ ਗੀਤ ਉਸਦੀ ਵੀਡੀਓ ਤੋਂ ਬਿਨਾਂ ਅਧੂਰਾ ਹੁੰਦਾ ਹੈ, ਤੇ ਅਸੀਂ ਸਾਰੇ ਬੜੇ ਚਿਰ ਤੋਂ ਇਸ ਗਾਣੇ ਦੀ ਵੀਡੀਓ ਦੀ ਉਡੀਕ ਬੜੀ ਹੀ ਬੇਸਬਰੀ ਨਾਲ ਕਰ ਰਹੇ ਸੀ, ਤੇ ਹੁਣ ਨਿੱਕ ਨੇ ਬਹੁਤੀ ਉਡੀਕ ਨਾ ਕਰਾਉਂਦੇ ਹੋਇਆਂ ਇਸ ਗਾਣੇ ਦੀ ਵੀਡੀਓ ਨੂੰ ਰਿਲੀਜ਼ ਕਰਨ ਦਾ ਫੈਸਲਾ ਤੇ ਕਰ ਹੀ ਲਿਆ ਹੈ। ਇਸ ਦੇ ਨਾਲ ਨਾਲ ਇਸ ਗਾਣੇ ਦਾ ਆਫੀਸ਼ੀਅਲ ਪੋਸਟਰ ਵੀ ਸਾਡੇ ਸਾਰਿਆਂ ਨਾਲ ਸ਼ੇਅਰ ਕਰ ਦਿੱਤਾ ਹੈ। ਆਓ ਤੁਸੀਂ ਚੈੱਕ ਕਰੋ ਇਸ ਗਾਣੇ ਦੇ ਆਫੀਸ਼ੀਅਲ ਪੋਸਟਰ ਨੂੰ। ਹੁਣ ਜੇ ਗੱਲ ਕਰੀਏ ਅਸੀਂ ਆਪਾਂ ਇਸ ਗਾਣੇ ਦੇ ਪੋਸਟਰ ਦੀ, ਤੇ ਇਸ ਗਾਣੇ ਦੇ ਪੋਸਟਰ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਨਿੱਕ ਐਂਡ ਅਵਨੀਤ ਕੌਰ। ਸੋ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਗਾਣੇ ਵਿੱਚ ਸਾਨੂੰ ਦੁਬਾਰਾ ਤੋਂ ਨਜ਼ਰ ਆਉਣ ਵਾਲੇ ਨੇ ਨਿੱਕ ਦੇ ਨਾਲ ਅਵਨੀਤ ਕੌਰ। ਅਵਨੀਤ ਕੌਰ ਅਤੇ ਨਿੱਕ ਦੀ ਜੋੜੀ ਨੂੰ ਅਸੀਂ ਯਾਰੀ ਸੌਂਗ ਦੇ ਵਿੱਚ ਕਾਫੀ ਜ਼ਿਆਦਾ ਇੰਜੋਏ ਕੀਤਾ ਸੀ, ਤੇ ਯਾਰੀ ਸੌਂਗ ਦੇ ਵਿਊਜ਼ ਨੇ ਯੂਟਿਊਬ ਤੇ ਕਈ ਰਿਕਾਰਡਸ ਵੀ ਤੋੜੇ ਸੀ। ਹੁਣ ਜੇ ਗੱਲ ਕਰੀਏ ਅਸੀਂ ਆਪਾਂ ਇਸ ਗਾਣੇ ਦੀਆਂ ਡਿਟੇਲਸ ਦੀ, ਤੇ ਤੁਹਾਨੂੰ ਦੱਸ ਦਈਏ ਇਸ ਗਾਣੇ ਨੂੰ ਲਿਖਿਆ, ਗਾਇਆ ਅਤੇ ਕੰਪੋਜ਼ ਕੀਤਾ ਗਿਆ ਹੈ ਖੁਦ ਨਿੱਕ ਵੱਲੋਂ, ਅਤੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਰੌਕਸ ਏ ਨੇ, ਅਤੇ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ ਰੈਗ ਡੀ ਫਿਲਮਸ ਦੇ ਵੱਲੋਂ। ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਦੀ ਆਫੀਸ਼ੀਅਲ ਵੀਡੀਓ ਰਿਲੀਜ਼ ਕਰਨ ਦੀ ਡੇਟ ਤੇ ਅਜੇ ਨਿੱਕ ਵੱਲੋਂ ਸਾਡੇ ਨਾਲ ਸ਼ੇਅਰ ਨਹੀਂ ਕੀਤੀ ਗਈ, ਪਰ ਸਾਨੂੰ ਉਮੀਦ ਹੈ ਕਿ ਨਿੱਕ ਇਸ ਗਾਣੇ ਨੂੰ ਜਲਦ ਹੀ ਰਿਲੀਜ਼ ਕਰ ਦੇਣਗੇ, ਤੇ ਜਦ ਵੀ ਉਹ ਇਸ ਦੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਨਗੇ, ਤੇ ਅਸੀਂ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਨਿੱਕ ਦੀ, ਤੇ ਨਿੱਕ ਦੇ ਸਾਰੇ ਹੀ ਸੌਂਗ ਸੁਪਰ ਡੁਪਰ ਹਿੱਟ ਰਹੇ ਨੇ ਹੁਣ ਤੱਕ, ਤੇ ਉਹਨਾਂ ਦੇ ਸਾਰੇ ਹੀ ਸੌਂਗ ਯੰਗਸਟਰਸ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਨੇ, ਕਿਉਂਕਿ ਨਿੱਕ ਦਾ ਕਹਿਣਾ ਹੈ ਕਿ ਉਹ ਜਿਹੜਾ ਵੀ ਸੌਂਗ ਬਣਾਉਂਦੇ ਨੇ ਉਹ ਇਹ ਮਾਈਂਡਸੈਟ ਨਾਲ ਬਣਾਉਂਦੇ ਨੇ ਤਾਂ ਜੋ ਯੰਗਸਟਰਸ ਨੂੰ ਉਹ ਸੌਂਗ ਉਹਨਾਂ ਦੀ ਆਪਣੀ ਲਾਈਫ ਤੇ ਡਿਪੈਂਡ ਲੱਗੇ। ਸੋ ਇਸੇ ਤਰ੍ਹਾਂ ਹੀ ਹੁੰਦਾ ਹੈ, ਤੇ ਹਰ ਯੰਗਸਟਰ ਉਸ ਗਾਣੇ ਨੂੰ ਆਪਣਾ ਫੀਲ ਕਰਕੇ ਉਸ ਨੂੰ ਸੁਪਰ ਡੁਪਰ ਹਿੱਟ ਬਣਾ ਦਿੰਦਾ ਹੈ। ਸਾਰੇ ਹੀ ਗਾਣੇ ਨਿੱਕ ਦੇ ਟਿਕਟੌਕ ਤੇ ਕਾਫੀ ਵਾਇਰਲ ਹੁੰਦੇ ਨੇ, ਤੇ ਜਿੱਦਾਂ ਕਿ ਉਹਨਾਂ ਦਾ ਰੀਸੈਂਟ ਸੌਂਗ ਰਿਲੀਜ਼ ਹੋਇਆ ਸੀ ਰਿਲੇਸ਼ਨ, ਜਿਸ ਨੂੰ ਟਿਕਟੌਕ ਤੇ ਸਾਰੀ ਆਡੀਅੰਸ ਨੇ ਖੂਬ ਪਿਆਰ ਦਿੱਤਾ, ਤੇ ਇਸ ਦੇ ਨਾਲ ਨਾਲ ਨਿੱਕ ਦੇ ਫੈਨਸ ਵੱਲੋਂ ਵੀ ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ। ਤੇ ਤੁਹਾਨੂੰ ਦੱਸ ਦਈਏ ਕਿ ਨਿੱਕ ਦੇ ਸੌਂਗ ਰਿਲੇਸ਼ਨ ਵਿੱਚ ਸਾਨੂੰ ਉਹਨਾਂ ਦੇ ਨਾਲ ਨਜ਼ਰ ਆਏ ਸੀ ਮਾਹਿਰਾ ਸ਼ਰਮਾ, ਜੋ ਕਿ ਇਸ ਵੇਲੇ ਬਿਗ ਬੌਸ ਵਿੱਚ ਕਾਫੀ ਸੁਰਖੀਆਂ ਬਿਟੋਰ ਰਹੇ ਨੇ। ਜੇ ਹੁਣ ਗੱਲ ਕਰੀਏ ਨਿੱਕ ਦੇ ਸੌਂਗ ਤੇਰੀ ਨਾਲ ਦੀ ਵੀਡੀਓ ਦੀ, ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਸ ਤਰ੍ਹਾਂ ਨਿੱਕ ਦੇ ਬਾਕੀ ਗਾਣਿਆਂ ਦੀ ਵੀਡੀਓਜ਼ ਡਿਫਰੈਂਟ ਅਤੇ ਔਸਮ ਹੁੰਦੀਆਂ ਨੇ, ਸਾਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਸੌਂਗ ਤੇਰੀ ਨਾਲ ਦੀ ਵੀਡੀਓ ਵੀ ਸੁਪਰ ਡੁਪਰ ਹਿੱਟ ਜਾਵੇਗੀ, ਤੇ ਇਹ ਗਾਣਾ ਵੀ ਸੁਪਰ ਡੁਪਰ ਹਿੱਟ ਹੋਣ ਵਾਲਾ ਹੈ। ਮੈਂ ਤਾਂ ਬਹੁਤ ਐਕਸਾਈਟਿਡ ਹਾਂ ਇਸ ਗਾਣੇ ਦੀ ਵੀਡੀਓ ਨੂੰ ਦੇਖਣ ਲਈ। ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com। ਨੀਚੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਲਈ ਕਲਿੱਕ ਕਰਨਾ ਨਾ ਭੁੱਲੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।